ਸਲ ਜਾਤ ਲੈ ਜਾ ਤੂੰ ਸਸ਼ੀਕਾਲ ਜੀ ਅਸੀਂ ਬਲਵੀ ਸਟੋਰ ਪੋਸਟ ਤੋਂ ਵੀ ਚਲੋ ਜਾਣਾ ਤੋਂ ਬੋਲ ਰਹੇ ਸਾਨੂੰ ਪਿਆਰ ਭਰੀ ਸਸ਼ੀਕਾਲ ਉਮੀਦ ਕਰਦੇ ਆ ਕਿ ਸਭ ਠੀਕ ਠਾਕ ਹੋਣਗੇ ਤੇ ਅਸੀਂ ਲਾਈਵ ਲੈ ਕੇ ਆਇਆ ਤੁਹਾਨੂੰ ਪਿਓਰ ਤੇ ਡਿਜ਼ਾਈਨਰ ਅਨਸੂਰ ਸੂਟ ਦਾ ਜੋ ਬਹੁਤ ਹੀ ਅਲਟੀਮੇਟ ਹੋਣ ਵਾਲੇ ਨੇ ਬਹੁਤ ਹੀ ਮਜ਼ੇਦਾਰ ਹੋਣ ਵਾਲੇ ਨੇ ਤਾਂ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਕਿਉਂਕਿ ਅੱਜ ਦੀ ਵੀਡੀਓ ਬਹੁਤ ਜ਼ਬਰਦਸਤ ਹੋਣ ਵਾਲੀ ਆ ਤਾਂ ਸਭ ਤੋਂ ਪਹਿਲਾਂ ਸਾਡਾ ਸਟੈਪ ਹੈਗਾ Shop Shop ਦੇ WhatsApp ਨੰਬਰ ਇਹ 10 Shop ਦੇ WhatsApp ਨੰਬਰ ਨੇ ਇਹਹੀ ਤਿੰਨ ਨੰਬਰ ਨੇ ਜਿੰਨਾ ਤੁਸੀਂ ਕੋਈ ਵੀ ਆਪਣਾ ਆਰਡਰ ਪਲੇਸ ਕਰਨਾ ਹੋ ਚਾਹੇ ਕਾਟਨ ਦੇ ਸੂਟ ਨੇ ਚਾਹੇ ਰੈਡੀਮੇਡ ਸੂਟਸ ਨੇ ਚਾਹੇ ਅਨਸੂਰ ਸੂਟ ਨੇ ਇਹ ਤਿੰਨ ਨੰਬਰ ਨੋਟ ਕਰ ਲਓ ਤੁਸੀਂ ਇਹਨਾਂ ਦੀ ਪੇਮੈਂਟ ਕਰਨੀ ਹੈ ਇਹਨਾਂ ਦੇ ਸਕਰੀਨਸ਼ਾਟ ਭੇਜਨੇ ਨੇ ਤੇ ਇਹ ਸਾਡੇ ਸ਼ੁਭ ਦੇ ਤਿੰਨ WhatsApp ਨੰਬਰ ਨੇ ਤੇ ਸਭ ਤੋਂ ਪਹਿਲਾਂ ਸਾਰੇ ਜਿੰਨੇ ਵੀ ਸਾਡੇ ਆਪਣੇ Facebook ਦੀ ਫੈਮਲੀ ਆ Insta ਦੀ ਫੈਮਲੀ ਆ 올 ਵਰਲਡ ਦੀ ਫੈਮਲੀ ਆ ਤੇ ਸਭ ਨੂੰ ਸਭ ਤੋਂ ਪਹਿਲਾਂ 15 ਅਗਸਤ ਦੀ ਬਹੁਤ ਬਹੁਤ ਸ਼ੁਭਕਾਮਨਾਵਾਂ ਹੈਪੀ ਇੰਡੀਪੈਂਡੈਂਸ ਡੇ ਤੇ ਅਸੀਂ ਅੱਜ 77 ਇਅਰ ਹੋ ਚੁੱਕੇ ਨੇ ਆਪਣੇ ਦੇਸ਼ ਆਜ਼ਾਦ ਨੂੰ ਤਾਂ ਬਹੁਤ ਫਕਰ ਮਹਿਸੂਸ ਕਰਦੇ ਆਂ ਗਰ ਮਹਿਸੂਸ ਕਰਦੇ ਆਂ ਕਿ ਅਸੀਂ ਹਿੰਦੁਸਤਾਨ ਦੇ ਨਾਗਰਿਕ ਹੈਗੇ ਆਂ ਤਾਂ ਇਸੇ ਕਰਕੇ ਅੱਜ ਨੂੰ ਅਸੀਂ ਦਿਖਾਵਾਂਗੇ ਬਹੁਤ ਹੀ ਪਿਆਰੇ ਪਿਆਰੇ ਸੂਟਸ ਜੋ ਲਾਈਵ ਕਰਨ ਜਾ ਰਹੇ ਆਂ ਡਿਜ਼ਾਈਨਰਜ਼ ਆਰਟੀਕਲ ਦਾ ਜੋ ਫਰਸਟ ਆਰਟੀਕਲ ਆਏਗਾ ਜੀ ਉਹ ਆਏਗਾ ਕ੍ਰੇਪ ਪਿਓਰ ਡਸ਼ੀਨ ਦੇ ਉੱਪਰ ਆਏਗਾ ਸਾਰਾ ਸੈਲਫ ਮੈਚਿੰਗ ਹੋਏਗਾ ਸਿਸਟਰ ਜੀ ਟੋਨ ਟੂ ਟੋਨ ਵਰਕ ਕੀਤਾ ਹੋਇਆ ਵਾ ਤੇ ਨੀਚੇ ਸਾਰਾ ਆਏਗਾ ਮਲਟੀ ਹੈਡ ਦਾ ਵਰਕ ਇਹਦੇ ਉੱਪਰ ਪਿੰਕ ਕਲਰ ਗ੍ਰੀਨ ਕਲਰ ਇਸਤਨੇ ਫਲਾਵਰਿੰਗ ਹੋਏਗੀ ਔਰ ਆ ਆਏਗਾ ਸਿਸਟਰ ਜੀ ਡਿਜ਼ਾਈਨਰ ਦੁਪੱਟਾ 4 ਸਾਈਡ ਬਾਰਡਰ 60 ਗ੍ਰਾਮ ਪਿਓਰ ਜੋੜਦਾ ਦੁਪੱਟਾ ਹੋਏਗਾ ਔਰ ਨਾਲ ਸ਼ਰਟ ਹੋਏਗੀ ਪੂਰਾ ਆਲ ਓਵਰ ਸੂਟ ਕ੍ਰੇਪ ਡਸ਼ੀਨ ਦਾ ਹੋਏਗਾ ਜੀ ਇਹ ਆਏਗਾ ਜੀ ਡਿਜ਼ਾਈਨ ਨੰਬਰ 1 ਹੋਏਗਾ ਜੀ 14190 ਦੀ ਰੇਂਜ ਹੋਏਗਾ ਜੀ 14190 ਦੀ ਰੇਂਜ ਹੋਏਗਾ ਜੀ ਆਰਟੀਕਲ ਨੰਬਰ ਫਾਸਟ ਮੇਰਾ ਤਾਂ ਇਸ ਤਰ੍ਹਾਂ ਹੀ ਆਪਣਾ ਆਰਡਰ ਪਲੇਸ ਕਰਦੇ ਰਹੋ ਇਨਕੁਆਰੀਜ਼ ਕਰਦੇ ਰਹੋ ਤੁਸੀਂ ਕੋਈ ਵੀ ਆਪਣਾ ਆਰਡਰ ਬੈਸ ਕਰਨਾ ਵਾ ਤਿੰਨ ਸ਼ਾਪ ਦੇ WhatsApp ਨੰਬਰ ਨੇ ਸੁਖੀ ਦਿਓਲ ਬੈਨ ਜੀ ਸ਼ਰਸ਼ੀਕਾਲ ਜੀ ਸੁਨੀਤਾ ਗੋਵਰ ਜੀ ਵੈਰੀ ਗੁੱਡ ਈਵਨਿੰਗ ਜੀ ਬੀਨਾ ਸ਼ਰਮਾ ਜੀ ਵੈਰੀ ਗੁੱਡ ਈਵਨਿੰਗ ਇੱਕ ਆਏਗਾ ਜੀ ਲਾਈਟ ਆਈਵਰੀ ਕਲਰ ਜੀ ਕੰਮ ਦੇਖੋ ਵਰਕਮੈਨਸ਼ਿਪ एवरीथिंग ਡਿਫਰੈਂਟ ਹੋਏਗਾ ਸਾਰਾ ਸਟੋਨ ਦਾ ਕੜਦਾਨੇ ਦਾ ਸਿਸਟਰ ਜੀ ਵਰਕ ਹੋਏਗਾ ਸਾਈਜ਼ ਦੀ ਗੱਲ ਕਰੀਏ ਕੋਈ ਵੀ ਤੁਹਾਨੂੰ ਸਾਈਜ਼ ਦੀ ਪ੍ਰੋਬਲਮ ਨਹੀਂ ਆਏਗੀ ਸਾਈਜ਼ ਘੇਰੇ ਵਾਈਜ਼ ਲੈਂਥ ਵਾਈਜ਼ ਇੱਕਦਮ ਪਰਫੈਕਟ ਸਾਈਜ਼ ਹੋਏਗਾ ਔਰ ਇਹ ਸ਼ਾਰਟ ਹੈਗੀ ਹੈ ਗੜਵਾਲ ਟਿਸ਼ੂ ਦੀ ਨਾਲ ਕਰੇਬ ਦੀ ਬਾਟਮ ਹੈਗੀ ਆ ਔਰ ਦੁਪੱਟਾ ਆਏਗਾ ਜੀ ਸਾਰਾ ਗੋਟੇ ਦੀ ਲਾਈਨਸ ਦੇ ਨਾਲ ਹੋਏਗਾ ਜੀ पीच कलर का यानी कि सूट होएगा ऑल ओवर नाल दुपट्टा होएगा इंग्लिश कॉम्बिनेशन मैम यानी कि आइवरी ਦੇ ਨਾਲ ਆਏਗਾ ਲਾਈਟ ਪੀਚ ਕਲਰ ਦਾ ਡਿਫਰਨ ਕੰਬੀਨੇਸ਼ਨ ਜੀ اور ਦੁਪट्टे पे ਗੋਟੇ ਲਾਈਨਸ ਹੋਣਗੀਆਂ ਇਹ ਆਏਗਾ ਸੀ ਡਿਜ਼ਾਈਨ ਇੰਪੋਰਟ 2 ਹੋਏਗਾ ਸਿਸਟਰ ਜੀ 15460 ਦੀ ਰੇਂਜ ਹੋਏਗਾ ਜੀ 15000 ਐਂਡ 460 ਰੁਪੀਜ਼ ਓਨਲੀ ਵਰਦ ਥਿਸ ਇਜ਼ ਅ ਬਿਊਟੀਫੁਲ ਆਰਟੀਕਲ ਲੋ ਜੀ ਇੱਕ ਆਰਟੀਕਲ ਆਏਗਾ ਜੀ ਕਰੇਪ ਦੇ ਉੱਪਰ ਸਿਸਟਰ ਜੀ ਕਰੇਪ ਦੇ ਉੱਪਰ ਇਹ ਆਰਟੀਕਲ ਆਏਗਾ ਕੰਮ ਦੇਖੋ ਜੀ ਇਹਦਾ ਇੱਕਦਮ ਨਿੱਟਨ ਕਲੀਨ ਵਾਕ ਹੋਏਗਾ ਸਾਰਾ ਸਾਰਾ ਨੀਚੇ ਮਲਟੀ ਹੈਡ ਦਾ ਵਾਕ ਕੀਤਾ ਹੋਇਆ ਵਾ ਕੜਦਾਨਾ ਸਿਲੀ ਹੋਇਆ ਵਾ ਸੀਕਵੈਂਸ ਸਿਲੀ ਹੋਈਆ ਇਸ ਤਰ੍ਹਾਂ ਪੂਰਾ ਫਰੰਟ ਹੋਏਗਾ ਔਰ ਨਾਲ ਦੁਪੱਟਾ ਬਹੁਤ ਹੀ ਪਿਆਰਾ ਦੁਪੱਟਾ ਜੀ ਕੰਮ ਦੇਖੋ ਜੀ ਇਹਦਾ ਆਏਗਾ ਸਿਸਟਰ ਜੀ ਡਿਜ਼ਾਈਨਰ ਅਲਟੀਮੇਟ ਫੋਰ ਸਾਈਡ ਬਾਰਡਰ ਆ ਸਿਸਟਰ ਜੀ ਪੋਲ ਦਾ ਕੰਮ ਸਿਲੀਆ ਹੋਇਆ ਵਾ ਸਾਰੀ ਸੀਕਵੈਂਸ ਸਿਲੀ ਹੋਈਆ ਬੜੀ ਆਇਗਾ ਜੀ ਡਿਜ਼ਾਈਨ ਨੰਬਰ 3 ਹੋਏਗਾ ਔਰ ਰੇਂਜ ਹੋਏਗੀ 15 500 15000 ਐਂਡ 500 ਜਿਤਨਾਲ ਦੀ ਨਾਲ ਆਪਣਾ ਆਰਡਰ ਪਲੇਸ ਕਰਦੇ ਰਹੋ ਕੋਈ ਲਿਮਟਡ ਸਟਾਕ ਹੋਏਗਾ ਜਿਆਦਾ ਕੁਆਂਟੀਟੀ ਕਿਸੇ ਚ ਨਹੀਂ ਹੋਏਗੀ ਕਿਉਂਕਿ ਸਾਰੇ ਸੂਟ ਹੈ ਹੀ ਪਿਓਰ ਦੇ ਨੇ ਔਰ ਅੱਜ ਤੁਹਾਨੂੰ ਦਿਖਾਵਾਂਗੇ ਨੀਅਰ ਅਬਾਊਟ 20 21 ਤੋਂ ਬਾਈ ਆਰਟੀਕਲ ਹੋਣਗੇ ਔਰ ਇਹ ਆਏਗਾ ਜੀ ਔਰਗੈਂਜ਼ਾ ਚ ਲਾਈਟ ਲੈਮਨ 골ਡ ਕਲਰ ਹੋਏਗਾ ਸਿਸਟਰ ਜੀ 골ਡ ਦੇ ਉੱਪਰ ਜੀ येलो ਦਾ ਪੈਚ ਕਰਕੇ ਨੇ ਫੈਬਰਿਕ ਕਰਕੇ ਉਹਦੇ ਉੱਪਰ ਸਾਰਾ ਹੈਂਡ ਵਰਕ ਹੈਗਾ ਵਾ ਸਾਰਾ ਪੌਲ ਦਾ ਕੰਮ ਕਰਦਾਣੇ ਦਾ ਕੰਮ ਸਿਲੇ ਹੋਇਆ ਵਾ ਔਰ ਇਸ ਤਰ੍ਹਾਂ ਆਏਗਾ ਜੀ ਸਾਰਾ ਫਰੰਟ ਤੇ ਪੋ ਪਿੱਟਾ ਵਰਕ ਜੀ ਸਾਈਡ ਤੇ ਬਾਜ਼ੂ ਬਹੁਤ ਸੋਹਣੇ ਬਨੇ ਹੋਏ ਨੇ ਔਰ ਸ਼ਰਟ ਔਰਗੈਂਜ਼ਾ ਦੀਆ ਨਾਲ 5.5 ਮੀਟਰ ਦਾ ਫੈਬਰਿਕ ਨਾਲ ਹੈ ਕਰੇਵ ਦਾ ਵਿਦ ਬਾਟਮ ਔਰ ਵਿਦ ਸ਼ਰਟ ਲਾਈਨਿੰਗ ਮੈਮ ਆ ਦੇਖੋ ਜੀ ਦੁਪੱਟੇ ਦਾ ਕੰਬੀਨੇਸ਼ਨ ਕਿੰਨਾ ਪਿਆਰਾ ਹੈਗਾ ਵਾ ਸਾਰਾ ਪੌਲ ਦਾ ਕੰਮ ਸੀਕਵੈਂਸ ਦਾ ਵਰਕ ਹੈਗਾ ਵਾ ਉਹ ਜੀ ਆ ਗਾਜੀ ਲਾਈਟ 골ਡ ਦੇ ਨਾਲ 골드 ਲੈਮਨ ਦੇ ਨਾਲ ਆਏਗਾ ਜੈਲੋ ਮਸਟਰਡ ਕਲਰ ਦਾ ਕੰਬੀਨੇਸ਼ਨ ਦਿੱਤਾ ਦਾ ਬਿਊਟੀਫੁਲ ਕੰਬੋ ਇੱਕਦਮ ਨਵਾਂ ਆਰਟੀਕਲ ਆ ਜੀ 16770 ਦੀ ਰੇਂਜ ਹੋਏਗਾ ਜੀ ਡਿਜ਼ਾਈਨ ਨੰਬਰ ਮੇਰਾ 4 ਜੀ ਔਰ ਨੈਕਸਟ ਆਰਟੀਕਲ ਆਏਗਾ ਜੀ ਕੋਰਲ ਕਲਰ ਜੀ ਸਾਰਾ ਪਿੱਟੇ ਦਾ ਵਾਕ ਸੀਕਵੈਂਸ ਆ ਵਾਕ ਥਿਸ ਇਜ਼ ਅ ਬਿਊਟੀਫੁਲ ਵਾਕ ਜਨ ਕੀ ਆਏਗਾ ਜੀ ਟੋਟਲੀ ਇਨ ਟ੍ਰੈਂਡ ਯਾਨੀ ਕਿ ਟੋਟਲੀ ਡਿਫਰੈਂਟ ਆਰਟੀਕਲ ਹੋਏਗਾ ਘਰ ਚ ਫੈਮਿਲੀ ਫੰਕਸ਼ਨ ਆ ਖੁਦ ਹੀ ਵਿਡਿੰਗ ਹੈਗੀ ਹੈ ਤੁਸੀਂ ਸੂਟਾਂ ਦੀ ਕਲੈਕਸ਼ਨ ਇਕੱਠੀ ਕਰ ਰਹੇ ਹੋ ਤਾਂ ਬਹੁਤ ਹੀ ਪਿਆਰਾ ਔਰ ਡਿਜ਼ਾਈਨਰ ਆਰਟੀਕਲ ਆ ਕੰਮ ਦੇਖੋ ਜੀ ਇਹਦਾ ਇਸ ਤਰ੍ਹਾਂ ਪੂਰਾ ਫਰੰਟ ਬਣਿਆ ਹੋਇਆ ਵਾ ਸਿਸਟਰ ਜੀ ਸਾਈਡ ਤੇ ਬਾਜ਼ੂ ਬਹੁਤ ਸੋਹਣੇ ਬਣੇ ਹੋਏ ਨੇ ਸੀਕਵੈਂਸ ਵੀ ਹੈਗਾ ਵਾ ਪਿੱਟਾ ਵਾਕ ਵੀ ਹੈਗਾ ਵਾ ਔਰ ਇਹ ਆਇਗਾ ਸੀ ਪੱਲੇ ਬਨੇ ਹੋਏ ਨੇ ਪੂਰੇ ਹੈਵੀ ਸਿਸਟਰ ਜੀ ਰਾਜਗਿਲ ਜੀ ਸਸ਼ਿਕਾ ਜੀ ਸਸ਼ਿਕਾਲ ਤੇ ਪਲੀਜ਼ ਵੀਡੀਓ ਨਾਲ ਦੀ ਨਾਲ ਸ਼ੇਅਰ ਕਰਦੇ ਰਹੋ ਕਿ ਤੁਹਾਡਾ ਫੰਕਸ਼ਨ ਜੋ ਵੀ ਸਾਡੇ ਆਰਟੀਕਲਸ ਹੈਗੇ ਨੇ ਹਰ ਪਰਸਨ ਤੱਕ ਪਹੁੰਚ ਸਕਣ ਜੋ ਕਲੈਕਸ਼ਨ ਨਵੀਂ ਲਾਂਚ ਹੋਈ ਆ ਸ਼ਰਟ ਔਰਗੈਂਜ਼ਾ ਦੀ ਕ੍ਰੇਪ ਦੀ ਬਾਟਮ ਆ ਔਰ ਦੁਪੱਟਾ ਤੁਹਾਡੇ ਸਾਹਮਣੇ ਆ ਦਿਸ ਇਜ਼ ਅ ਬਿਊਟੀਫੁਲ ਦੁਪੱਟਾ 14980 14980 ਓਨਲੀ 4 ਤੇ ਰੂਪਾ ਕਮਰਾ ਜੀ ਸਸ਼ੀਕਾਲ ਜੀ ਟਿੱਲੋਂ ਗੁਰਪ੍ਰੀਤ ਜੀ ਸਸ਼ੀਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਦਿਲ ਤੋਂ ਧੰਨਵਾਦ ਜਿਹੜੇ ਕਸਟਮਰ ਲਾਈਵ ਹੋ ਕੇ ਸਾਡੇ ਫੈਮਿਲੀ ਮੈਂਬਰ ਸਾਡੇ ਭੈਣਾ ਮਾਵਾ ਭਰਾ ਸਾਡੇ ਤੇ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਲਾਈਕ ਕਰ ਰਹੇ ਨੇ ਤੇ ਸਭ ਦਾ ਦਿਲ ਤੋਂ ਧੰਨਵਾਦ ਜੀ ਇੱਕ ਆਏਗਾ ਜੀ ਬਹੁਤ ਹੀ ਸ਼ੋਫੀਆ ਪਿੰਕ ਕਲਰ ਹੈਗਾ ਵਾ ਸਾਰਾ ਸੀਕਵੈਂਸ ਸਿਲੀ ਹੋਈ ਹੈ ਕੜਦਾਨਾ ਸਿਲਿਆ ਹੋਇਆ ਵਾ ਨਾਲ ਕਰੇਬ ਦੀ ਬਾਟਮ ਹੈਗੀ ਔਰ ਦੁਪੱਟਾ ਆਏਗਾ ਬਹੁਤ ਹੀ ਸਿੰਪਲ ਤੇ ਕਲਾਸੀ ਜੀ ਕੀ ਬਾਤ ਹੈ ਜੀ ਅਓ ਸ਼ਰਦ ਦਾ ਫੈਬਰਿਕ ਹੋਏਗਾ ਜੀ ਗੜਵਾਲ ਟਿਸ਼ੂ ਦਾ ਨਾਲ ਹੋਏਗੀ ਨਾਲ ਕਰੇਵ ਦੀ ਬਾਟਮ ਔਰ ਦੁਪੱਟਾ ਹੋਏਗਾ ਜੀ ਪਿਓਰ ਔਰਗੈਂਜ਼ਾ ਦਾ ਜੀ ਇਹ ਆਏਗਾ ਜੀ ਡਿਜ਼ਾਈਨ ਨੰਬਰ 6 ਹੋਏਗਾ ਔਰ ਰੇਂਜ ਹੋਏਗੀ 11620 11620 ਦੀ ਰੇਂਜ ਹੋਏਗਾ ਜੀ ਆਰਟੀਕਲ ਨੰਬਰ ਮੇਰਾ 6 ਸੀ ਤੇ ਆਰਡਰ ਪਲੇਸ ਕਰਨ ਵਾਸਤੇ ਤੁਸੀਂ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਸਕਦੇ ਹੋ ਸਾਡੇ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਕਿ ਸਾਰੇ ਪਿਓਰ ਦੇ ਆਰਟੀਕਲ ਨੇ ਇਹ ਆਏਗਾ ਜੀ ਗੜਵਾਲ ਟਿਸ਼ੂ ਦੇ ਉੱਪਰ ਸੈਕਿੰਡ ਆਰਟੀਕਲ ਆਏਗਾ ਇਹ ਆਏਗਾ ਜੀ ਸਾਰਾ ਟਿਸ਼ੂ ਦੇ ਉੱਪਰ ਗੋਟਾ ਪੱਤੀ ਐਂਡ ਜ਼ੀਰੋ ਨੰਬਰ ਪੌਲਜ਼ਾ ਕੰਮ ਹੋਏਗਾ ਜੀ ਬਹੁਤ ਹੀ ਕਲਾਸੀ ਲੁੱਕ ਹੋਏਗੀ ਆਹ ਸਾਈਡ ਤੇ ਬਾਜ਼ੂ ਨੇ ਔਰ ਆਏਗਾ ਦੁਪੱਟਾ ਇਹਦਾ ਬਹੁਤ ਹੀ ਪਿਆਰਾ ਔਰ ਡਿਜ਼ਾਈਨਰ ਦੁਪੱਟਾ ਵਾ ਔਰ ਲੁੱਕ ਸੋ ਐਲੀਗੈਂਟ ਹੈਗੀ ਆ ਇਹ ਆਏਗਾ ਜੀ ਡਿਜ਼ਾਈਨ ਨੰਬਰ 7 ਹੋਏਗਾ ਸਿਸਟਰ ਜੀ 10820 ਦੀ ਰੇਂਜ ਹੋਏਗਾ ਜੀ 10000 820 ਓਨਲੀ 4 ਜੀ 10820 ਦੀ ਰੇਂਜ ਦੇ ਅੰਦਰ ਜੀ ਔਰ ਨੈਕਸਟ ਆਰਟੀਕਲ ਆਏਗਾ ਸਿਸਟਰ ਜੀ ਮੌਵਿਸ਼ ਕਲਰ ਜੀ ਮੌਵਿਸ਼ ਕਲਰ ਦੇ ਉੱਪਰ ਆਏਗਾ ਜੀ ਸਾਰਾ ਹੈਂਡਵਰਕ ਆ ਪ੍ਰੋਪਰ ਕੜਦਾਨਾ ਸਿਲੀ ਹੋਇਆ ਹੈ ਵਾ ਨਕਸ਼ੀ ਸਿਲੀ ਹੋਈ ਹੈ ਔਰ ਇਹ ਸਾਰਾ ਫਰੰਟ ਬਣਿਆ ਹੋਏਗਾ ਜੀ ਇਹਦੇ ਉੱਪਰ ਸਾਰੇ ਨੋਟ ਸਿਲੇ ਹੋਏ ਨੇ ਕਿਉਂਕਿ ਜਿਸ ਕਲਰ ਦਾ ਦੁਪੱਟਾ ਅਟੈਚ ਕੀਤਾ ਗਿਆ ਵਾ ਜਾਨੀ ਕਿ ਸੀਗ੍ਰੀਨ ਕਲਰ ਦੇ ਸਾਰੇ ਨੋਟਸ ਨੇ ਦਬਕੇ ਦੀ ਲਾਈਨਸ ਨੇ ਇਹ ਸਾਰਾ ਕਰਦਾਨ ਜਰਕੋਨ ਦਾ ਫਰੰਟ ਬਣਿਆ ਹੋਇਆ ਵਾ ਔਰ ਉਸ ਇੱਕ ਦੁਪੱਟਾ ਆਏਗਾ ਜੀ ਕੰਟਰਾਸਟ ਜਾਨੇ ਕਿ ਜਿਸ 컬러 ਦੀ ਐਮਬ੍ਰੋਇਡਰੀ ਹੋਏਗੀ ਚਾਰੇ ਕੋਰਨਰ ਸੈਟ ਕੀਤੇ ਹੋਏ ਨੇ ਕੰਮ ਦੇਖੋ ਜੀ ਇਹਦਾ ਜਾਨੇ ਕਿ ਉਪਲਟ ਕੀਤਾ ਗਿਆ ਵਾ ਸ਼ਰਟ ਮੋਫ ਕਲਰ ਦੀ ਆ ਤੇ ਉਹਦੇ ਉੱਪਰ ਸੀਗਰੀਨ ਕਲਰ ਦੇ ਫਲਾਵਰਸ ਲੱਗੇ ਨੇ ਔਰ ਦੁਪੱਟਾ ਸੀਗਰੀਨਾ ਤੇ ਸ਼ਰਟ ਦੇ ਉਪਰ ਉਹਦੇ ਉਪਰ ਮੋਫ ਕਲਰ ਦੇ ਫਲਾਵਰਿੰਗ ਛੱਟ ਕੀਤੀ ਗਈ ਆ 15680 ਕੰਮ ਦੇਖੋ ਸਸਤਰ ਜੀ ਇਹਦਾ ਟੋਟਲੀ ਦਬਕਾ ਕੁਟਕੀ ਐਂਡ ਸਟੀਰੋਨੰਬੋ ਪੋਲਸ ਉਹ ਸਭ ਤੋਂ ਕੋਸਟੀ ਵਾਕ ਆਏਗਾ ਜੀ ਜ਼ਰਗੋਨ ਦਾ ਕਾਮ ਜੀ ਔਰ ਇਹ ਨੈਕਸਟ ਆਰਟੀਕਲ ਆਏਗਾ ਜੀ ਸਾਡਾ ਸਤਿਆ ਪੋਲ ਦਾ ਬ੍ਰਾਂਡ ਸਤਿਆ ਬੋਲ ਵਰਲਡ ਫੇਮਸ ਡਿਜ਼ਾਈਨਰ ਬ੍ਰਾਂਡ ਆ ਜੀ ਸਭ ਨੇ ਨਾਮ ਸੁਣਿਆ ਹੋਵੇਗਾ ਇਹ ਸਾਰਾ ਸੂਟ ਹੋਏਗਾ ਜੀ ਪੀਕੋ ਕਲਰ ਦਾ ਸਾਰਾ ਇਹਦੇ ਪਰ ਸਾਰਾ ਕੜਦਾਨਾ ਸਿਲਿਆ ਹੋਇਆ ਵਾ ਸੀਕਵੈਂਸ ਸਿਲੀ ਹੋਈ ਆ ਸਾਈਡ ਤੇ ਬਾਜ਼ੂ ਹੋਣਗੇ ਕਰੇਪ ਦੀ ਬਾਟਮ ਹੋਏਗੀ ਔਰ ਆ ਆਏਗਾ ਜੀ ਦੁਪੱਟਾ ਡਿਜ਼ਾਈਨਰ ਹਾਫ ਐਂਡ ਹਾਫ ਯਾਨੀ ਕਿ ਹਾਫ ਹੋਏਗਾ ਪ੍ਰਿੰਟਿਡ ਔਰ ਹਾਫ ਹੋਏਗਾ ਸਸਟਰ ਜੀ ਪਿਓਰ ਔਰ ਗੈਂਜ਼ਾ ਤਾਂ ਜਿਸ ਤਰ੍ਹਾਂ ਜੋਇਨ ਕੀਤਾ ਗਿਆ ਉਹਦੇ ਉੱਪਰ ਸਾਰਾ ਵਾਕ ਆਏਗਾ ਇਹਨੂੰ ਬੋਲਦੇ ਨੇ ਮਮਤਾ ਸਟਾਈਲ ਦੁਪੱਟਾ ਪਹਿਲਾਂ ਸਾਰੀਆਂ ਲਾਂਚ ਹੁੰਦੀਆਂ ਸੀਗੀਆਂ ਇਦਾਂ ਦੇ ਸਟਾਈਲਿਸ਼ ਬਣੀਆਂ ਹੁੰਦੀ ਸੀ ਬਟ ਹੁਣ ਦੁਪੱਟਿਆਂ 'ਚ ਕਨਵਰਟ ਹੋ ਕੇ ਆਏ ਨੇ ਨਵੇਂ-ਨਵੇਂ ਡਿਜ਼ਾਈਨ ਬਣ ਕੇ ਆਏ ਨੇ ਤੇ ਇਹ ਆਏਗਾ ਜੀ 26330 26330 ਓਨਲੀ ਫੋਰ ਔਰ ਤੁਸੀਂ ਕੋਈ ਵੀ ਆਪਣਾ ਆਰਡਰ ਪਲੇਸ ਕਰਨਾ ਵਾ ਨੰਬਰ ਅਸੀਂ ਉੱਪਰ ਮੈਂਸ਼ਨ ਕੀਤੇ ਹੋਏ ਨੇ ਕਿਸੇ ਵੀ ਇੱਕ ਨੰਬਰ ਤੇ ਸਕਰੀਨਸ਼ਾਟ ਪੇਸਾ ਸਕਦੇ ਹੋ ਕਾਲ ਕਰ ਸਕਦੇ ਹੋ ਔਰ ਆਪਣੇ ਪੈਸਾਂ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਸ਼ਿਪਿੰਗ ਸਾਨੂੰ ਪਤਾ ਸਾਡੀ ਵਰਲਡ ਵਾਈਡ ਆ ਕਿਤੇ ਵੀ ਆਪਣਾ ਆਰਡਰ ਪਲੇਸ ਕਰੋ ਬੇ ਟੈਨਸ਼ਨ ਕਿਉਂਕਿ 60 ਸਾਲ ਪੁਰਾਣੀ ਫਰਮਾ ਬਲਵੀ ਸਟੋਰ ਦਾ ਬ੍ਰਾਂਡ ਸਟੂડિયો ਤੇ ਸਭ ਤੁਹਾਡੇ ਸਾਥ ਨਾਲ ਪਿਆਰ ਨਾਲ ਹੋਇਆ ਤੇ ਬਸ ਤੁਸੀਂ ਇਸ ਤਰ੍ਹਾਂ ਹੀ ਸਾਥ ਦਿੰਦੇ ਰਹੋ ਵੀਡੀਓ ਸ਼ੇਅਰ ਕਰਦੇ ਰਹੋ ਤੇ ਬਹੁਤ ਕਸਟਮਰ ਦੀ ਅੰਡਰ ਡਿਮਾਂਡ ਤੇ ਅਸੀਂ ਸ਼ੁਰੂ ਕੀਤੇ ਨੇ ਬੀਨਾ ਸ਼ਰਮਾ ਜੀ ਤੁਸੀਂ ਅੱਜ ਡਿਮਾਂਡ ਕੀਤੀ ਹੈ ਸਾੜੀ ਦੀ ਤੇ ਕੱਲ ਹੀ ਆਪਾਂ ਤੁਹਾਨੂੰ ਸਾੜੀ ਦੀ ਕਲੈਕਸ਼ਨ ਸ਼ੋਅ ਕਰਾਂਗੇ ਉਹ ਅਸੀਂ ਤਾਂ ਹੀ ਕਹਿੰਨੇ ਆ ਕਿ ਤੁਸੀਂ ਰੋਜ਼ ਦੇ ਰੋਜ਼ ਆਪਣੇ ਨਿਊ ਨੂੰ ਆਪਣੇ ਜੋ ਵੀ ਥੋੜੀ ਡਿਮਾਂਡਸ ਹੁੰਦੀਆਂ ਨੇ ਉਹਦੇ ਕਮੈਂਟ ਕਰਿਆ ਕਰੋ ਤੇ ਅਸੀਂ ਉਹ ਕਲਰ ਦੀ ਚੁਆਇਸ ਹੋਵੇ ਜਿਵੇਂ ਤੁਸੀਂ ਸਾੜੀ ਦੀ ਡਿਮਾਂਡ ਕੀਤੀ ਆ ਤਾਂ ਅਸੀਂ ਹੁਣ ਕੱਲ ਦੀ ਵੀਡੀਓ ਤੁਹਾਨੂੰ ਸਾੜੀ ਦੀ ਕਲੈਕਸ਼ਨ ਸ਼ੋਅ ਕਰਾਂਗੇ ਤੇ ਬਲਜੀਤ ਚੋਹਾਂ ਦੀ ਸਤਿ ਸ਼ਕਾਲ ਜੀ ਪਿੰਕੀ ਜੀ ਸਤਿ ਸ਼ਕਾਲ ਜੀ ਅਮਨ ਰੰਦਾਵਾ ਜੀ ਵੈਰੀ ਗੁੱਡ ਈਵਨਿੰਗ ਮੈਮ ਔਰ ਅਮਨ ਗੁਪਤਾ ਜੀ ਪੈਰੀ ਗੁੱਡ ਇਵਨਿੰਗ ਜੀ ਇੱਕ ਆਇਗਾ ਜੀ ਚੈਰੀ ਰੈਡ ਕਲਰ ਜੀ ਕੰਮ ਦੇਖੋ ਸਿਸਟਰ ਜੀ ਇਹਨਾਂ ਦੇ ਕੰਮ ਬਹੁਤ ਹੀ ਅਲਟੀਮੇਟ ਨੇ ਕਿਉਂਕਿ ਸਾਰੇ ਇਹ ਵਾਕ ਨੇ ਇਹ ਲਹਿੰਗਿਆਂ ਚੋਂ ਰੈਡੀ ਕੀਤੇ ਆਰਟੀਕਲ ਨੇ ਆਹ ਸਾਈਡ ਤੇ ਬਾਜ਼ੂ ਨੇ ਕਿ ਤੁਸੀਂ ਚਾਹੇ ਸ਼ੋਲਡਰ ਤੇ ਵਾਕ ਆ ਜਾਏਗਾ ਉਹ ਤੁਹਾਡੀ ਆਪਣੀ ਚੁਆਇਸ ਆ ਕਿ ਤੁਸੀਂ ਬਾਜ਼ੂ ਨੂੰ ਹਾਫ ਕਰਨਾ ਵਾ ਜਾਂ ਫੁੱਲ ਕਰਨਾ ਵਾ ਜਾਂ ਕੁਆਟਰ ਸਲੀਵਸ ਕਰਨਾ ਵਾ ਉਹ ਥੋੜੇ ਤੋਂ ਪੂਰੀ ਜਦੋਂ ਤੁਸੀਂ ਤੁਸੀਂ ਕਾਲ ਕਰੋਗੇ ਆਪਣਾ ਸਟਿਚਿੰਗ ਦਾ ਸਾਈਜ਼ ਦੱਸੋਗੇ ਤਾਂ ਤੁਹਾਨੂੰ ਪ੍ਰੋਪਰਲੀ ਹਰ ਚੀਜ਼ ਦੀ ਗਾਈਡਨਸ ਮਿਲੇਗੀ ਉੱਥੋਂ ਤੇ ਇਹ ਆਏਗਾ ਜੀ ਦੁਪੱਟਾ ਕੰਮ ਦੇ ਖੁੱਸ ਦੁਪੱਟੇ ਦੇ ਗੋਟਾ ਪੱਤੀ ਪਿੱਟਾ ਵਰਕ ਸਰਦ ਦਬਕੇ ਦੀ ਸੈਟਿੰਗ ਹੋਏਗੀ ਜੀ 19730 ਦੀ ਰੇਂਜ ਦੇ ਅੰਦਰ ਜੀ 19730 ਓਨਲੀ 4ਜੀ ਆਰਟੀਕਲ ਨੰਬਰ 11 ਜੀ ਲੋ ਜੀ ਹੁਣ ਦਿਖਾਣਾ ਤੁਹਾਨੂੰ ਨੈਕਸਟ ਆਰਟੀਕਲ ਆਏਗਾ ਜੀ ਇਹ ਆਏਗਾ ਜੀ ਸਾਰਾ ਪਿਓਰ ਤਨਸ਼ੂਈ ਦੇ ਉੱਪਰ ਜੀ ਸਿੰਗਲ ਆਰਟੀਕਲ ਸੈਕਿੰਡ ਟਾਈਮ ਰਿਪੀਟ ਕਰ ਰਹੇ ਆ ਅਸੀਂ ਇੰਸਟਾ ਆਪਣੇ ਫੇਸਬੁਕ ਫੈਮਿਲੀ ਦੇ ਉੱਤੇ ਤੇ ਸਾਰਾ ਗੋਟਾ ਪੱਤੀ ਹਜੇ ਫਿਨਿਸ਼ਿੰਗ ਹਜੇ ਹੋਣੀ ਆ ਜਿਸ ਤਰ੍ਹਾਂ ਹੀ ਕਾਰੀਗਰ ਦੇ ਅੱਡੇ ਉਤਰਿਆ ਤਾਂ ਸਭ ਤੋਂ ਪਹਿਲਾਂ ਅਸੀਂ ਪ੍ਰਾਈਸ ਟੈਗ ਲਗਾ ਕੇ ਤੁਹਾਡੇ ਤੱਕ ਸ਼ੋਅ ਕਰ ਰਹੇ ਹਾਂ ਪੀਸ ਨੂੰ ਕਰੇਪ ਦੀ ਬਾਟਮ ਆ 3 ਮੀਟਰ ਦੀ 3 ਮੀਟਰ ਦੀ ਸ਼ਰਟ ਹੋਏਗੀ ਪਿਓਰ ਤਨਸ਼ੂਈ ਦੇ ਉੱਪਰ ਜੀ ਦੁਪੱਟਾ ਦਿਖਾ ਬਟੇ ਲੋਸ ਸਿਸਟਰ ਜੀ ਆ ਹੋਏਗਾ ਦੁਪੱਟਾ ਪਿਓਰ ਚਿਨੌਨ ਸ਼ਿਫੋਨ ਦਾ ਗੋਟਾ ਪੱਤੀ ਦਾ ਆਰਟੀਕਲ ਕੰਮ ਦੇਖੋ ਜੀ ਦਾ ਪ੍ਰੋਪਰ ਮਹਿੰਦੀ ਗ੍ਰੀਨ ਕਲਰ ਜੀ ਪ੍ਰੋਪਰ ਦੁਪੱਟੇ ਦੀ ਕੱਟ ਜਿਹੜੀ ਹੋਏਗੀ 2 ਮੀਟਰ ਦੀ ਆ ਸਵਾ ਗਾਜ ਦਾ ਪਨਾਵਾ ਔਰ ਬਹੁਤ ਹੀ ਵਧੀਆ ਚੀਜ਼ ਆ ਜੀ 15570 ਦੀ ਰੇਂਜ ਦੇ ਅੰਦਰ ਜੀ ਔਰ 2-3 ਆਰਟੀਕਲ ਹੋਰ ਦਿਖਾਨ ਜਾ ਰਹੇ ਆ ਜਿਹੜੇ ਪਿਓਰ ਵੂਵਨ ਦੇ ਅੰਬਰ ਦਿਖਾਨ ਜਾ ਰਹੇ ਆ ਵਾ ਪਿਓਰ ਖੱਡੀ ਦੇ ਦਿਖਾਨ ਜਾ ਰਹੇ ਆ ਵਾ ਜਿਹਨੂੰ ਅਸੀਂ ਸੋਚੀ ਜਰੀ ਬੋਲਦੇ ਆ ਇਹ ਉਸ ਤਰ੍ਹਾਂ ਦੇ ਆਰਟੀਕਲ ਨੇ ਦੇਖੋ yellow color ਚ ਕੰਮ ਦੇਖੋ ਜੀ ਦਾ ਇਹ ਸ਼ਰਟ ਦਾ ਫਰੰਟ ਬਣਿਆ ਹੋਇਆ ਵਾ ਯਾਨੀ ਕਿ ਲੌਂਗ ਸ਼ਰਟ ਬਣਾਓ ਨੀਚੇ ਜਾਫਾ ਬਣਾਓ ਪਲਾਜ਼ੋ ਬਣਾਓ ਸ਼ਾਰਾ ਬਣਾਓ ਆ ਸਾਈਡ ਤੇ ਬਾਜ਼ੂ ਨੇ ਜੀ ਕਰੇਪ ਦੀ ਬਾਟਮ ਹੈਗੀ ਆ ਦੁਪੱਟਾ ਇਸ ਤਰ੍ਹਾਂ ਆਏਗਾ ਮੈਂ ਲਾਸਟ ਟਾਈਮ ਤੁਹਾਨੂੰ ਇਹਦਾ orange color ਸ਼ੋਅ ਕੀਤਾ ਸੀਗਾ ਤੇ ਬਹੁਤ ਹੀ ਡਿਮਾਂਡੇਬਲ ਰਿਹਾ ਵਾ ਕੋਈ ਤੁਹਾਨੂੰ ਸਾਨੂੰ ਪਤਾ ਕਿ ਸੈਵੀ ਸੂਟ ਨੇ ਸਿਰਫ ਇੱਕ ਸਿੰਗਲ ਸਿੰਗਲ ਦੋ ਦੋ ਪੀਸਾਂ ਦੀ ਕਲੈਕਸ਼ਨ ਰੱਖੀ ਦੀ ਆ ਕਿ ਤੁਸੀਂ ਪਾਓ ਕੀ ਹੋਰ ਨਾ ਪਾਵੇ ਤੇ ਇਹ ਤਿੰਨ ਤਰ੍ਹਾਂ ਦਾ ਜਾਲ ਬਣਿਆ ਹੋਇਆ ਦੁਪੱਟਿਆਂ ਚ ਤੇ ਦੋ ਤਰ੍ਹਾਂ ਦੀ ਇਸ ਤਰ੍ਹਾਂ ਦੀ ਸੀਕਵੈਂਸ ਬਣੀ ਹੋਈ ਹੈ ਕੰਮ ਦੇਖੋ ਜੀ ਇਹਦਾ ਕੀ ਬਾਤ ਹੈ ਜੀ ਕੀ ਇਹ ਆਏਗਾ ਜੀ 3 ਮੀਟਰ ਦੀ ਕ੍ਰੇਪ ਦੀ ਬਾਟਮ 3 ਮੀਟਰ ਸ਼ਰਟ ਹੋਗੀ ਪਿਓਰ ਖੱਡੀ ਦੇ ਉੱਪਰ 28760 ਆਰਟੀਕਲ ਨੰਬਰ 13 ਔਰ ਇਹ ਆਏਗਾ ਜੀ 28760 ਦੀ ਰੇਂਜ ਦੇ ਅੰਦਰ ਮੈਂ بارবার کہہ ਰਿਹਾ ਮਕਰ ਚ ਫੈਮਿਲੀ ਫੰਕਸ਼ਨ ਆ ਤੁਹਾਡੀ ਖੁਦ ਹੀ ਵਿਡਿੰਗ ਹੈਗੀ ਆ ਤਾਂ देर ਨਾ ਕਰਿਓ ਕਿਉਂਕਿ ਫੰਕਸ਼ਨ ਸਟਾਰਟ ਹੋ ਚਲੇ ਨੇ ਫੈਸਟੀਵਲ ਸਟਾਰਟ ਹੋ ਗਏ ਨੇ 15 ਅਗਸਤ ਅਜ ਹੋ ਚੁੱਕੀ ਆ ਤੇ ਸਭ ਨੂੰ ਪਤਾ ਵਾ ਕਿ ਸਾਡੇ ਇੰਡੀਆ ਦਾ ਨਹੀਂ ਪੂਰੇ ਵਰਲਡ ਦਾ ਪਵਿੱਤਰ ਤਿਹਾੜ ਰੱਖੜਾ ਬੰਧਨ ਉਸ ਵਕ ਕਰਵਾ ਚੋਤ ਦੀਵਾਲੀ ਦੀ ਸ਼ਰਾ ਗੁਰਪੁਰਬ ਬਹੁਤ ਸਟਾਰਟ ਨਹੀਂ ਬਸਣੇ ਕਿ ਜੋ ਰਖੜੀ ਸਟਾਰਟ ਹੁੰਦੀ ਆ ਤਾਂ ਪ੍ਰੋਪਰਲੀ ਪੂਰੇ ਫੰਕਸ਼ਨ ਸਟਾਰਟ ਹੋ ਜਾਂਦੇ ਨੇ ਤੇ ਇਹ ਆਏਗਾ ਜੀ ਪਿਓਰ ਖੈਤਾਨ ਸੇ ਲਗਾ ਪਹਿਲਾ ਕਿਤਾਂ ਸਲਗ ਹੁੰਦੀ ਸੀਗੀ ਸਲਗ ਦੇ ਅੰਦਰ ਹੁਣ ਆਇਆ ਔਰਗੈਂਜ਼ਾ ਦੇ ਅੰਦਰ ਜੀ ਕੰਮ ਦੇਖੋ ਜੀ ਦਾ ਨਾਲ ਲਾਈਟ ਸੀਗ੍ਰੀਨ ਕਲਰ ਦੀ ਬਾਟਮ ਹੈ ਗਿਆ ਜੀ ਦੇਵਨ ਜੀ ਨਮਸਕਾਰ ਜੀ ਨਮਸਕਾਰ ਔਰ ਵੈਰੀ ਗੁੱਡ ਈਵਨਿੰਗ ਮੈਮ ਔਰ ਇਹ ਆਏਗਾ ਜੀ ਦੁਪੱਟਾ ਬਹੁਤ ਹੀ ਪਿਆਰਾ ਸਕੈਲਪਿੰਗ ਕੀਤੀ ਹੋਈ ਹੈ ਚਾਰੇ ਕੋਰਨਰ ਦੇ ਉੱਪਰ ਔਰ ਦੁਪੱਟਾ ਬਣਾਇਆ ਗਿਆ ਸੀ ਪਿਓਰ ਔਰਗੈਂਜ਼ਾ ਦਾ ਜੀ ਇਹ ਆਏਗਾ ਜੀ 27210 27210 ਦੀ ਰੁਪੀਏ ਦੇ ਅੰਦਰ ਜੀ ਉਹ ਸੀਗੇ ਸਾਡੇ ਐਮਬ੍ਰੋਇਡਰੀ ਵਾਲੇ ਆਰਟੀਕਲ ਹੁਣ ਦਿਖਾਵਾਂਗਾ ਤੁਹਾਨੂੰ ਵਿਦਾਊਟ ਐਮਬ੍ਰੋਇਡਰੀ ਜੀ ਕਿਉਂਕਿ ਸਭ ਨੂੰ ਪਤਾ ਵਾ ਜੇ ਕੋਈ ਫੰਕਸ਼ਨ ਹੈਗਾ ਵਾ ਹਰ ਗਰਲਸ ਕੋਲੇ 3 2 3 4 ਸੂਟ ਹੁੰਦੇ ਨੇ ਜਿਹੜੇ ਪਿਓਰ ਬਨਾਰਸੀ ਹੁੰਦੇ ਨੇ ਤੇ ਇਹਨਾਂ ਦੀ ਵੀਵਿੰਗ ਚੇਂਜ ਹੁੰਦੀ ਰਹਿੰਦੀ ਹੈ ਦੁਪੱਟੇ ਹਰ ਦੇ ਅਲੱਗ-ਅਲੱਗ ਦੁਪੱਟੇ ਆਂਦੇ ਨੇ ਤੇ ਆ ਬਹੁਤ ਡਸਟੀ ਗ੍ਰੀਨ ਕਲਰ ਹੈਗਾ ਸਿਸਟਰ ਜੀ ਇਹਨਾਂ ਦੀ ਕੀ ਹੁੰਦਾ ਵਾ ਕਿ ਸਾਰੇ ਜਿੰਨੀ ਵੀਵਿੰਗ ਹੈਵੀ ਹੋਏਗੀ ਉਸ ਤਰ੍ਹਾਂ ਦੇ ਪ੍ਰਾਈਸ ਰੈਸ ਹੁੰਦੇ ਨੇ ਇਹਨਾਂ ਦੇ ਇਹ ਤੇ ਸਾਰੀ ਟੈਸਟਡ ਜ਼ਰੀ ਹੈ ਜੀ ਜਿਸ ਤਰ੍ਹਾਂ ਮਰਜ਼ੀ ਤੁਸੀਂ ਇਹਨਾਂ ਨੂੰ ਵਾਸ਼ ਕਰ जिम्मे अजक बच्चे पढ़े लिखे ने डॉक्टर ने हजीरियर ने कोई भी गर्ल्स ने कोई भी लेडीज़ आ सब चॉइस हैगी अचक डी सेंट लुक और यह प्रोपर रिच लुक का स्टाइल होएगा जी नीन मीटर की शर्ट आ तीन मीटर की बॉटम आ और रेंज होएगी प्योर वीविंग वाला आर्टिकल हैगा जी बारह हज़ार एक सौ देंज के अंदर ਇੱਕ ਨਿਊ ਆਰਟੀਕਲ ਦਿਖਾਉਣ ਜਾ ਰਹੇ ਹਾਂ ਸਿਸਟਰ ਜੀ ਦੋ ਕਲਰ ਲਾਂਚ ਹੋਏ ਨੇ ਪਿਓਰ ਡੋਪੀਅਨ ਸਿਲਕ ਹੈ ਕਿ ਇਹ 5.5 ਮੀਟਰ ਦੀ ਯਾਨੀ ਕਿ ਤੁਸੀਂ ਪਲੇਨ ਸੂਟ ਨੂੰ ਪਾਈਪਿੰਗ ਲਗਾ ਕੇ ਬਟਨ ਲਗਾ ਕੇ ਰੈਡੀ ਕਰ ਸਕਦੇ ਹੋ ਔਰ ਨਾਲ ਦੁਪੱਟਾ ਜਿਹੜਾ ਆਏਗਾ ਸਿਸਟਰ ਜੀ ਉਹ ਆਏਗਾ ਜੀ ਪਿਓਰ ਬਨਾਰਸੀ ਵੂਵਨ ਦਾ ਜੀ ਕੀ ਬਾਤ ਹੈ ਥਿਸ ਇਸ ਅ ਬਿਊਟੀਫੁਲ ਬਹੁਤ ਅੰਡਰ ਡਿਮਾਂਡਾ ਜੀ ਇਹਦੀ ਹਰ ਕਾਰਜੂ ਫੈਮਿਲੀ ਫੰਕਸ਼ਨ ਆ ਜਾਂ ਖੁਦੀ ਵਿਡਿੰਗ ਆ ਹਰ ਦੀ ਦਾਜਵਰੀ ਚ ਇੱਕ ਆਰਟੀਕਲ ਜਰੂਰ ਬਨੇਗਾ ਕਿਉਂਕਿ ਪਲੇਨ ਸੂਟ ਆ ਸਿਸਟਰ ਜੀ ਸਿਲਕ ਦਾ ਮੈਂ ਬਾਵਾ ਦੱਸ ਰਿਹਾ ਮੈਂ 5.5 ਮੀਟਰ ਦਾ ਤੁਸੀਂ ਪੈਂਟ ਬਣਾ ਲਓ ਪਲਾਜ਼ੋ ਬਣਾ ਲਓ ਔਰ ਆ ਆਏਗਾ ਦੁਪੱਟਾ ਦੁਪੱਟਾ ਅਸੀਂ ਇਸ ਦਾ ਚਰਕ ਕਰਾਂਗੇ ਅਸੀਂ ਇਹਦਾ ਪ੍ਰੋਪਰਲੀ ਜਿਹੜੇ ਵਿੱਚ ਡਾਈ ਕੀਤੀ ਹੈ ਚੋਲਾ ਦਾਣਾ ਪਾ ਕੇ ਉਹ ਨਜ਼ਰ ਆਏਗਾ ਜੀ ਇਹ ਆਏਗਾ ਜੀ 16 ਨੰਬਰ ਦੋ ਕਲਰ ਨੇ ਬਟੇ ਦਿਖਾਵਰ ਦੂਜਾ ਕਲਰ ਦਿਖਾ ਇਹ ਆਏਗਾ ਜੀ 16 12790 ਤੇ ਪਹਿਲਾ ਕਲਰ ਸੀਗਾ ਸਾਡਾ ਪਰਪਲ ਜਾਮਨੀ ਕਲਰ ਦੁਜਾਏਗਾ ਜੀ ਮਸਟਰਡ ਕਲਰ ਦੁਪੱਟਾ ਖੋਲ ਬਟੇ ਸੂਟ ਸਾਰਾ ਪਲੇਨ ਹੋਏਗਾ ਮਸਟਰਡ ਕਲਰ ਸੇ ਲੱਗਦਾ ਪਿਓ ਡੂਪੀਅਨ ਸੇ ਲੱਗਦੀ ਏਕ ਵੀ ਕੰਨ ਜਾਨੀ ਕਾਣੇ ਚ ਸਿੰਥੈਟਿਕ ਨਹੀਂ ਹੋਏਗਾ ਟੋਟਲੀ ਪਿਓਰ ਜੀ ਔਰ ਆ ਆਏਗਾ ਦੁਪੱਟਾ ਜੀ ਦਾ ਇਹ ਆਏਗਾ ਸਸਤਾ ਜੀ ਮਸਟਰਡ 골 ਇਹ ਹੈਗਾ ਜੀ ਪੌਪਲ ਕਲਰ ਰੇਂਜ ਸੋ ਨਾਲ ਦੀ ਸੇਮ ਹੈਗੀ ਆ 12790 ਜਿਹੜਾ ਕਲਰ ਤੁਹਾਡਾ ਫਾਈਨਲ ਹੋਵੇ ਉਹ ਤੇ ਟਿਕ ਕਰਕੇ ਸਾਡੇ ਨੰਬਰਾਂ ਤੇ ਵਟਸਐਪ ਕਰੋ 97700004168847481143 ਤੇ اگلا ਆਰਟੀਕਲ ਆਏਗਾ ਜੀ ਬਲੈਕ ਕਲਰ ਕੀ ਬਾਤ ਹੈ ਇਹ ਦੀਦੀ ਐਸਾ ਆਰਟੀਕਲ ਆ ਕਿ ਤੁਸੀਂ ਬਲੀਵ ਨਹੀਂ ਕਰ पाओगे जिस तरह दी लुक आएगी प्योर प्योर सी ਤੁਸੀਂ ਦੇਖ ਲਿਆ ਪਿਓਰ ਖੱਡੀ ਬਣੀ ਹੋਈ ਆ ਪਿਓਰ ਬਨਾਰਸੀ ਜੋੜ ਦੇ ਉੱਪਰ ਦਿਖਾਵਾੜਾ ਦੁਪੱਟਾ ਦੁਪੱਟੇ ਦੇ ਅੰਦਰ ਪ੍ਰੋਪਰਲੀ ਮੀਨਾਕਾਰੀ ਬੂਟੀ ਬਣੀ ਬੂਟੇ ਬਨੇ ਹੋਏ ਨੇ ਸਾਰੇ ਵੀਵਿੰਗ ਵਾਲੇ ਔਰ ਲੱਗੇਗਾ ਐਦਾ ਕਿ ਕੜਾਈ ਕੀਤੀ ਹੋਈ ਐਮਬ੍ਰੋਇਡਰੀ ਕੀਤੀ ਹੋਈ ਆ ਜੀ ਆ ਦੇਖੋ ਜੀ ਲੁੱਕ ਦੇਖੋ ਜੀ ਵਾਓ ਅਮੇজিং ਲੁੱਕ ਆ ਜੀ ਦੀ ਪ੍ਰੋਪਰਲੀ ਬਲੈਕ ਕਲਰ ਦੇ ਉਪਰ ਔਰ ਇਹ ਚ ਤੁਹਾਨੂੰ ਦੋ ਕਲਰ ਪ੍ਰੋਵਾਈਡ ਕਰਾਈ ਜਾ ਰਹੇ ਨੇ ਬਲੈਕ ਤਾਂ ਸਭ ਦਾ ਫੇਵਰਟ ਨੇ ਔਰ ਗਰਲਸ ਔਰ ਲੇਡੀਸ ਔਰ ਸੈਕਿੰਡ ਕਲਰ ਆਏਗਾ ਜੀ ਗ੍ਰੀਨ ਕਲਰ ਦਬੱਟਾ ਖੋਲ ਬਟੇ ਆ ਲੋ ਜੀ 3 ਮੀਟਰ ਦੀ ਸ਼ਰਟ ਆ 3 ਮੀਟਰ ਦੀ ਬਾਟਮਾ ਲੌਂਗ ਸ਼ਰਟ ਬਣਾ ਲਓ ਨਾਲ ਜਾਫਾ ਬਣਾਓ ਪਲਾਜ਼ੋ ਅੱਜ ਕੱਲ ਚੱਲਦੀ ਹੈ ਪਾਕਿਸਤਾਨੀ ਬਾਟਮ ਚੱਲਦੀ ਹੈ ਜੀ ਤੁਸੀਂ ਉਹ ਬਨਵਾ ਸਕਦੇ ਹੋ ਔਰ ਸਟੀਚਿੰਗ ਵਾਸਤੇ ਵੀ ਆਪਣੇ ਕੋਲ ਪ੍ਰੋਫੈਸ਼ਨ ਪੂਰੇ ਜਿਹਨੂੰ ਕਹਿੰਦੇ ਖਿਲਤੇ ਹੋਏ ਕਾਰੀਗਰ ਵੀ ਨੇ ਟੇਲਰ ਮਾਸਟਰ ਵੀ ਸਭ ਚੀਜ਼ ਮਿਲੇਗੀ ਤੁਹਾਨੂੰ ਓਨਲੀ ਓਨ ਬਲਵੀ ਸਟੋਰ ਦੇ ਉੱਪਰ ਜੀ 12100 ਦੀ ਰੇਂਜ ਦੇ ਅੰਦਰ ਜੀ ਔਰ ਹੁਣ ਦਿਖਾਵਾਂਗੇ ਤੁਹਾਨੂੰ ਤਿੰਨ ਤੋਂ ਚਾਰ ਆਰਟਿਕਲ ਜਿਹੜੇ ਹੋਣਗੇ ਸੈਮੀ ਸਿਚ ਅਨਾਰਕਲੀ ਸੈਮੀ ਸਿਚ ਸਕਰਟ ਟੌਪ ਆ ਦੇਖੋ ਜੀ ਇਸ ਸਟੱਡੀ 2-in-1 ਆਰਟੀਕਲ ਹੈਗਾ ਵਾ ਸੈਂਟਰ ਜੇ ਪਾਰਟੀਸ਼ਨ ਕਰੋਗੇ ਤਾਂ ਸ਼ਾਰਾ ਬਣ ਜੇਗਾ ਵੈਸੇ ਡਿਜ਼ਾਈਨਰ ਵੱਲੋਂ ਸਕਰਟ ਦਾ ਪੈਟਰਨ ਦਿੱਤਾ ਗਿਆ ਨਾਲ ਜੀ ਇਹ ਆ ਦੇਖੋ ਕੰਮ ਦੇਖੋ ਜੀ ਦਾ ਸਾਰਾ ਕਰੇਪ ਦਾ ਆਰਟੀਕਲ ਆ ਇਹਦੇ ਉੱਪਰ ਆਏਗਾ ਜੀ ਇਸ ਤਰ੍ਹਾਂ ਪੈਪਲਮ ਬਣਿਆ ਹੋਇਆ ਕੰਮ ਦੇਖੋ ਜੀ ਦਾ ਔਰ ਕੰਮ ਦੇ ਉੱਪਰ ਸਾਰਾ ਤੁਹਾਨੂੰ ਮਿਲੇਗਾ ਪਿੱਟੇ ਦਾ ਕੰਮ ਐਂਡ ਥ੍ਰੈਡ ਦਾ ਵਾ ਬੜੇ ਬੈਗ ਦਿਖਾਈ ਲੋ ਜੀ ਸਸਟਡੀ ਕਲਰ ਆਏਗਾ ਜੀ ਸਟੀਲ ਗ੍ਰੇ ਕਲਰ ਜੀ ਦੁਬਟਾ ਦਿਖਾ ਬਟੇ ਸ ਸਬ ਲੇਟਸਟ ਨੇ ਸਾਨੂੰ ਪਤਾ ਵੇ ਹੁਣ ਫੰਕਸ਼ਨ ਸਟਾਰ ਨੇ ਮੈਰਿਜ ਸਟਾਰ ਨੇ ਸਾਡੀ ਸੀਜ਼ਨ ਦੀ ਤਿਆਰੀ ਹੋ ਚੁੱਕੀ ਹੈ ਸਾਡੇ ਕੋਲ ਪੋਪਰਲੀ ਪੂਰੇ ਹਰ ਤਰ੍ਹਾਂ ਦੇ ਡਰੈਸਿਸ ਓਨ ਪਾਂਸਿਸ ਸੂਟਸ ਓਨ ਬ੍ਰਾਈਡਲ ਸੂਟਸ ਲਹਿੰਗਾ ਹਰ ਤਰ੍ਹਾਂ ਦੀ ਆਈਟਮ ਪੂਰੀ ਅਸੀਂ ਭਰ ਚੁੱਕੀਆਂ ਦੁਕਾਨ ਦੇ ਅੰਦਰ ਤਾਂ ਤੁਸੀਂ ਜੇ ਵਿਜ਼ਿਟ ਕਰਨਾ ਮਤਾਂ ਵਿਜ਼ਿਟ ਵੀ ਕਰ ਸਕਦੇ ਹੋ ਔਨਲਾਈਨ ਆਰਡਰ ਵੀ ਕਰ ਸਕਦੇ ਹੋ ਤੇ ਇਹ ਹੈਗਾ ਜੀ 18 ਨੰਬਰ ਆਰਟੀਕਲ ਆ ਜੀ 12270 ਦੀ ਰੇਂਜ ਦੇ ਅੰਦਰ ਜੀ ਇਹ ਹੋਏਗਾ ਜੀ ਹਾਫ ਸੈਮੀ ਸਿਸ ਹੋਏਗਾ ਸਟੀਚਿੰਗ ਜੀ ਐਕਸਟਰਾ ਹੋਏਗੀ ਔਰ ਜੋ ਤੁਸੀਂ ਬਣਾਣਾ ਮੈਂ ਸਕਰਟ ਬਣਾਨੀ ਆ ਜਾਂ ਸ਼ਾਰਾ ਬਣਾਣਾ ਉਹ ਤੇ ਪ੍ਰੋਪਰਲੀ 2200 ਰੁਪਏ ਸਟਿਚਿੰਗ ਹੁੰਦੀ ਆ ਵਿਦ ਲਾਈਨਿੰਗ ਉਹ ਹੈਗੀ ਟੇਲਰ ਦੀ ਲੋ ਜੀ ਇਹ ਕਾ ਮੇਰਾ ਡਿਜ਼ਾਈਨ ਹੈ ਜਿਹੜਾ ਸੁਪਰ ਡਿਪਰੈਸਨ ਨੂੰ ਅਸੀਂ ਗੱਲ ਕਰੀਏ ਆਫਲਾਈਨ ਗੱਲ ਕਰੀਏ ਆਨਲਾਈਨ ਗੱਲ ਕਰੀਏ ਤਾਂ ਬਹੁਤ ਹੀ ਅੰਡਰ ਡਿਮਾਂਡ ਹੈਗੀ ਆ ਤੇ ਇਹ ਸਾਰਾ ਪੌਲ ਦਾ ਕੰਮ ਆ ਸੀਕਵੈਂਸਲੀ ਹੋਈਆ ਲਾਈਟ ਬਲੂ ਕਲਰ ਆ ਪ੍ਰਯੋਗ ਬਣਿਆ ਹੋਇਆ ਵਾ ਇਹਨਾਂ ਦੀ ਖਾਸियत ਕੀ ਆ ਫਰੰਟ ਤੇ ਵੀ ਕੰਮ ਆ ਬੈਕ ਤੇ ਵੀ ਕੰਮ ਹੈਗਾ ਵਾ ਤੇ ਬਾਟਮ ਤੇ ਹਲਕੀ ਹਲਕੀ ਬੋਟੀ ਹੋਈ ਔਰ ਦੁਪੱਟਾ ਹੋਏਗਾ ਜੀ ਟੋਟਲੀ ਡਿਜ਼ਾਈਨਰ ਔਰ ਬ੍ਰਾਂਡ ਸਟਾਈਲ ਦਾ ਦੁਪੱਟਾ ਦਿਖਾ ਬੱਡੇ ਦੁਪੱਟਾ ਲੋ ਜੀ ਆ ਹੋਏਗਾ ਦੁਪੱਟਾ ਚਿਨੋਨ ਸ਼ਿਫੋਨ ਦਾ ਸਕੈਲਪਿੰਗ ਕੀਤੀ ਹੋਈ ਆ ਕਰਦਾਨਾ ਸਿਲਿਆ ਹੋਇਆ ਪਰਲ ਸਿਲਿਆ ਹੋਏ ਨੇ ਇਹ ਆਏਗਾ ਜੀ ਆਰਟੀਕਲ ਨੰਬਰ 19 ਹੋਏਗਾ ਜੀ ਔਰ ਇਹ ਆਏਗਾ ਰੇਂਜ ਆਏਗੀ ਓਨਲੀ ਔਨ ਸਿਰਫ 9600 ਦੀ ਰੇਂਜ ਦੇ ਅੰਦਰ ਜੀ ਔਰ ਇਹ ਆਏਗਾ ਜੀ ਨੈਕਸਟ ਆਰਟੀਕਲ ਜੀ ਇਹਦਾ ਸਾਰਾ ਗਡਵਾਲ ਟਿਸ਼ੂ ਦੇ ਅੰਦਰ ਇਹ ਆਰਟੀਕਲ ਹੈਗਾ ਸਿਸਟਰ ਜੀ ਔਰ ਇਹਦੇ ਪਤਨੋਂ ਮਿਲੇਗਾ ਸਾਰਾ ਹੈਂਡ ਵੌਗ 0 ਨੰਬਰ ਕਟਦਾਣੇ ਦਾ ਔਰ 0 ਨੰਬਰ ਪਾਲ ਦਾ ਵੌਗ ਜੀ ਦਾ ਤੇ ਪ੍ਰੋਪਰਲੀ ਫਰੰਟ ਬਣੀ ਹੋਈ ਆ ਸਿਸਟਰ ਜੀ ਇਸ ਤਰ੍ਹਾਂ ਬੈਕ ਬਣੀ ਹੋਈ ਆ ਤੇ ਨਾਲ ਆਏਗੀ ਜੀ ਕਰੇਪ ਦੀ ਬਾਟਮ ਔਰ ਇਹ ਆਏਗਾ ਜੀ ਬਹੁਤ ਹੀ ਸਵਿਸਟਿਕੇਟ ਡਿਜ਼ਾਈਨਰ ਲਾਈਟ ਵੇਟ ਦੁਪੱਟਾ ਪਿਓਰ ਔਰਗੈਂਜ਼ਾ ਦਾ ਅੱਜਕਲ ਖਾਸ ਕੀ ਚੱਲ ਰਿਹਾ ਬਾ ਸ਼ਰਟ ਦੀ ਲੈਂਥ ਉਹ ਜੋਗ ਬਣਿਆ ਹੁੰਦਾ ਤੁਸੀਂ ਲੈਂਥ ਨੂੰ ਸ਼ਾਰਟ ਕਰ ਸਕਦੇ ਹੋ ਤੇ ਇਹਦਾ ਸ਼ਾਰਟ ਲੈਂਥ ਕਰਕੇ ਨੀਚੇ ਅੱਜ ਕੱਲ ਜਲਦੀ ਹੈ ਸਟੇਟ ਬਾਟਮ ਪਾਕਿਸਤਾਨੀ ਬਿਨਾ ਚੋਨਾ ਵਾਲੀ ਉਹ ਵੀ ਬਣਵਾ ਸਕਦੇ ਹੋ ਪਲਾਜ਼ੋ ਬਣਾ ਸਕਦੇ ਹੋ ਪੈਂਟ ਬਣਾ ਸਕਦੇ ਹੋ 15 610 ਦੀ ਰੇਂਜ ਹੋਏਗਾ ਜੀ। ਔਰ ਕੋਈ ਵੀ ਆਰਟੀਕਲ ਅਸੀਂ ਰੈਡੀ ਕਰਾ ਸਕਦੇ ਹਾਂ ਆਪਣੇ ਸਾਈਜ਼ ਦੇ ਅਕੋਰਡਿੰਗ ਔਰ ਅਨਾਰਕਲੀ ਦੇ ਨਾਲ ਸਲਵਾਰ ਬਣਾਓ ਪਲਾਜ਼ੋ ਬਣਾਓ ਪੈਂਟ ਬਣਾਓ ਤੇ ਉਹਦਾ ਸਟਿਚਿੰਗ ਦਾ ਪ੍ਰਾਈਸ ਹੋਏਗਾ ਸਿਰਫ ਸਿਰਫ 2200 ਰੁਪਿਆ ਜੀ ਸ਼ਿਪਿੰਗ ਆਪਣੀ ਵਰਲਡ ਵਾਈਡ ਹੈਗੀ ਆ ਕਿਤੇ ਵੀ ਬੈਠ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਆ ਕੰਮ ਦੇਖੋ ਜ਼ਰਾ ਲੋ ਜੀ ਇਹ ਹੈਗਾ ਜੀ ਸਾਰਾ ਗੋਟਾ ਪੱਤੀ ਆ ਇਹਨਾਂ ਦੀ ਖਾਸियत ਕੀ ਆ ਸਿਸਟਰ ਜੀ ਫਰੰਟ ਵੀ ਹੈਵੀ ਆ ਬੈਕ ਵੀ ਹੈਵੀ ਆ ਤੇ ਨਾਲ ਦੁਪੱਟਾ ਆਏਗਾ ਜੀ ਚਨਾਉਨ ਸ਼ਿਫੋਨ ਦਾ ਜੀ ਲੋ ਜੀ ਇਹ ਹੈ ਗਾਜ਼ੀ ਕਮਲ ਚਿਨੌਂਡ ਸ਼ਿਫੋਨ ਦਾ ਦੁਪੱਟਾ ਫੋਰ ਸਾਈਡ ਬਾਰਡਰ ਗੋਟਾ ਪੱਤੀ ਦੇ ਨਾਲ ਆਰਟੀਕਲ ਨੰਬਰ ਟੂ 1 ਰੇਂਜ ਹੋਏਗੀ 11 240 ਦੀ ਰੇਂਜ ਦੇ ਅੰਦਰ ਜੀ ਇਹ ਕਾ ਹੋਰ ਆਰਟੀਕਲ ਦਿਖਾ ਰਿਹਾ ਟੁਇਨ 1 ਹੈਗਾ ਵਾ ਮਸਟਰਡ yellow ਕਲਰ ਯਾਨੀ ਕਿ ਮਸਟਰਡ ਨਹੀਂ ਕਹਿ ਸਕਦਾ ਇਹ ਪ੍ਰੋਪਰਲੀ yellow ਕਲਰ ਆ ਸਿਸਟਰ ਜੀ ਤੇ ਇਹਦੇ ਉੱਪਰ ਸਾਰ ਦੇਖੋ ਸੀਕਵੈਂਸ ਦਾ ਕੰਮ ਕੀਤਾ ਹੋਇਆ ਵਾ ਸਾਰੇ ਥ੍ਰੈਡ ਦਾ ਵਰਕ ਕੀਤਾ ਹੋਇਆ ਵਾ ਇਹ ਵੀ ਟੁਇਨ 1 ਨਾਲ ਸੈਂਡਰੀ ਪਾਰਟਿਸ਼ਨ ਕਰ ਲਓ ਤਾਂ ਤੁਸੀਂ ਬਣਾ ਸਕਦੇ ਹੋ ਸ਼ਾਰਾ ਨਹੀਂ ਤਾਂ ਸਕਰਟ ਵੀ ਵੇਅਰ ਕਰ ਸਕਦੇ ਹੋ ਔਰ ਆ ਆਏਗਾ ਸੂਟ ਦਾ ਡਿਜ਼ਾਈਨ ਜੀ ਇਹਦੇ ਨਾਲ ਸਲਵਾਰ ਵੀ ਹੈਗੀ ਹੈ ਨਹੀਂ ਕਿ 올ਓਵਰ ਸੂਟ ਵੀ ਹੈਗਾ ਵਾ ਜਨ ਕਿ ਇਹ ਸੂਟ ਰਿਹਾ ਦਿਖਾ ਰਹੇ ਆ ਅਸੀਂ ਤੁਹਾਨੂੰ ਆਫ ਵਾਈਟ ਕਲਰ ਦਾ ਵਨ ਸਾਈਡ ਤੇ ਵਾਕ ਆਏਗਾ ਕੰਮ ਦੇਖੋ ਜੀ ਦਾ ਤੇ ਇਹਨੇ ਤੁਸੀਂ ਸਲਵਾਰ ਬਣਾਓ ਕਿਉਂਕਿ 올ਓਵਰ ਸੂਟ ਆ 5.5 ਮੀਟਰ ਦਾ ਤੇ ਇਹ ਸਕਰਟ ਲੱਗ ਹੈਗੀ ਕਦੀ ਸਲਵਾਰ ਨਾ ਪਾਲਿਆ ਕਦੀ ਤੁਸੀਂ ਸਕਰਟ ਨਾ ਪਾਲਿਆ ਸ਼ਾਰੀ ਨਾ ਪਾਲਿਆ ਉਹ ਤੁਹਾਡੀ ਚੋਇਸ ਹੈਗੀ ਆ ਆ ਦੇਖੋ ਦੁਪੱਟਾ ਜੀ ਦਾ ਪੱਲੇ ਵੀ ਹੈਵੀ ਨੇ ਔਰ ਦੁਪੱਟਾ ਚਿਨੋਨ ਸ਼ਿਫੋਨ ਦਾ ਵਾ ਸ਼ਰਟ ਔਰ ਬਾਟਮ ਕਰੇਪ ਦੀ ਆ 17970 ਜੀ ਆਰਟੀਕਲ ਨੰਬਰ 22 17970 ਲਾਸ ਦਿਖਾਉਣ ਜਾ ਰਹੇ ਆ ਡਿਜ਼ਾਈਨ ਨੰਬਰ 23 ਔਰ ਮੇਰਾ ਸ਼ੌਪ ਦਾ ਸਭ ਤੋਂ ਸੁਪਰ ਡੂਪਰ ਆਰਟੀਕਲ ਕੰਮ ਦੇਖੋ ਜੀ ਇਹਦਾ ਇਹ ਹੈਗਾ ਜੀ ਚਿਅਰੀ ਮਹਿਰੂਨ ਕਲਰ ਜੀ ਬਹੁਤ ਸੋਹਣਾ ਸਿਸਟਰ ਜੀ ਕਲਰ ਹੈਗਾ ਵਾ ਪ੍ਰੋਪਰ ਦਬਕਾ ਸੇ ਲਿਆ ਹੋਇਆ ਵਾ ਇਹਦੇ ਉੱਪਰ ਟੱਚਿੰਗ ਸਾਰੀ ਥ੍ਰੈਡਵਕ ਦੀ ਤੇ ਇਸ ਤਰ੍ਹਾਂ ਫਰੰਟ ਆ ਸਿਸਟਰ ਜੀ ਇਹਦੀ ਬੈਕ ਤੇ ਨੈਕ ਬਣਿਆ ਹੋਇਆ ਵਾ ਪ੍ਰੋਪਰ ਅੱਛੀ ਸਮਾਲ ਬੂਟੀ ਹੈਗੀ ਆ ਸਕੈਲਪਿੰਗ ਸੇ ਲਈ ਹੋਈ ਆ ਮੇਰੇ ਬਾਟਮ ਦਿਖਾ ਦੇ ਦੀ ਔਰ ਇਹਦੀ ਬਾਟਮ ਤੇ ਹੈਵੀ ਕੰਮ ਆ ਆਹ ਲੋ ਸਿਸਟਰ ਜੀ ਇਸ ਤਰ੍ਹਾਂ ਆਏਗਾ ਜੀ ਇਹਦੀ ਬਾਟਮ ਤੇ ਵਾਕ ਇਹਦਾ ਆਹ ਬਾਟਮ ਦੇ ਬਾਰਡਰ ਬਣਿਆ ਹੋਇਆ ਵਾ ਪ੍ਰੋਪਰ ਸਕੈਲਪਿੰਗ ਕੀਤੀ ਹੋਈ ਆ ਕਿ ਤੁਸੀਂ ਚਾਹੇ ਸਟੇਟ ਸਲਵਾਰ ਕਰ ਲੋ ਚਾਹੇ ਤੁਸੀਂ ਪਲਾਜ਼ੋ ਕਰ ਲੋ ਚਾਹੇ ਤੁਸੀਂ ਬਣਾ ਲੋ ਸ਼ਾਰਾ ਜੀ 3 ਮੀਟਰ ਦੀ ਬਾਟਮ ਆ ਤੇ ਇਹ ਹੈਗਾ ਸਾਰਾ ਕਲੀਆਂ ਚ ਲੈਂਥ ਅਜਸਟੇਬਲ ਆ ਬਾਰਡਰ ਬਣਿਆ ਹੋਇਆ ਵਾ ਜੁਆਇੰਟ ਤੇ ਤੁਸੀਂ ਜਿੰਦਾ ਮਰਜੀ ਸ਼ਾਰਟ ਕਰ ਸਕਦੇ ਹੋ ਤੇ ਇਹ ਜਿਹੜੀ ਲੈਂਥ ਹੈਗੀ 4 ਫੁੱਟ ਤੋਂ ਲੈ ਕੇ 6 ਫੁੱਟ ਦੀ ਹਾਈਟ ਕਵਰ ਕਰੇਗੀ ਦੁਪੱਟਾ ਚ ਨੋਨ ਸ਼ਿਫੋਨ ਕਮਲ ਦਾ ਇਹ ਹੈਗਾ ਜੀ 23 ਨੰਬਰ ਆਰਟੀਕਲ ਆ ਜੀ 18530 ਡਿਜ਼ਾਈਨ ਨੰਬਰ 23 ਤੇ ਸਾਰਿਆਂ ਨੂੰ ਹੈਪੀ ਇੰਡੀਅਨ ਇੰਡੀਪੈਂਡੈਂਸ ਡੇ ਤੇ 15 ਅਗਸਤ ਦੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੇ ਇਹ ਹੈਗਾ ਜੀ ਸਾਡਾ ਫੋਨ ਨੰਬਰ WhatsApp ਨੰਬਰ ਤੇ ਇਹਨਾਂ ਦੇ ਉੱਪਰ ਉਪਲਬਧ ਦਾ ਆਪਣੇ WhatsApp ਨੰਬਰ ਤਾਂ ਕਿਸੇ ਵੀ ਨੰਬਰ ਤੇ ਕਾਲ ਕਰ ਸਕਦੇ ਹੋ ਸਕਰੀਨ ਸ਼ਾਟ ਭੇਜ ਸਕਦੇ ਹੋ ਤੇ ਆਪਣੇ ਪਿਸਾਂ ਦੀ ਬੁਕਿੰਗ ਕਰਵਾ ਸਕਦੇ ਹੋ ਤੇ लवली ਤਲੋ ਜੀ ਸਸ਼ਿਕਾ ਜੀ ਸਸ਼ਿਕਾ ਜੀ ਦੀਦੀ ਜੀ ਹੈਪੀ ਇਨਡिपेंडेंट ਡੇ ਤੇ ਤੁਹਾਨੂੰ ਬਹੁਤ ਬਹੁਤ ਸ਼ੁਭ ਸ਼ੁਭ ਕਾਮਨਾਵਾਂ ਤੇ 77 ਹੋ ਚੁੱਕੇ ਨੇ ਆਪਣੇ ਇਸ ਜਿਹੜੇ ਦਿਵਸ ਨੂੰ ਜਾਨਕੀ ਇਹ ਦੇਸ਼ ਆਜ਼ਾਦ ਹੋਏ ਨੂੰ 77 ਜੀ ਤੇ ਉਮੀਦ ਕਰਦੇ ਆਂਗੇ ਸਾਬ ਨੇ ਬਹੁਤ ਹੀ ਇੰਜੋਏ ਨਾਲੇਜ ਅੱਜ ਦੇ ਦਿਨ ਨੂੰ ਇੰਜੋਏ ਕੀਤਾ ਹੋਵੇਗਾ ਤੇ ਅਸੀਂ ਦੇਸ਼ ਜਾ ਪੂਰੇ ਭਾਰਤ ਦੇ ਦੇਸ਼ ਜਾ ਦੇ ਅਸੀਂ ਦੇਸ਼ ਦੇ ਨਾਗਰੀ ਤਾਂ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਫਤਿਹ ਪ੍ਰਵਾਨ ਕਰਿਓ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ